ਪਿਲ ਗਏ ਕੁੱਤਾ ਮੇਰਾ ਆਹ ਆਹ ਪਿਲ ਗਏ ਪਿਲ ਗਏ ਵੀਵਰਸ ਲੂੰਬੜ ਖੜੇ ਵੇ ਧਿਆਨ ਨਾਲ ਆਂਦਾ ਬਤੋ ਗੋਲ ਵੀਵਰਸ ਲੂੰਬੜ ਖੜੇ ਵੇ ਆ ਓ ਓ ਓ ਭੱਜ ਗਏ ਵੇ ਵੀਵਰਸ ਲੂੰਬੜ ਖੜੇ ਵੇ ਧਿਆਨ ਨਾਲ ਆਂਦਾ ਬਤੋ ਗੋਲ ਵੀਵਰਸ ਲੂੰਬੜ ਖੜੇ ਵੇ ਆ ਓ ਓ ਓ ਭੱਜ ਗਏ ਵੇ बिस्मान रही असला से ठीक तो है यूट्यूब चैनल हनुमान विया मौजूद हा पिछले कुत्ते ही खड़ा थी इतना ही पहले क्लिप दिखा मैं पिछले टूलों की छत्ते लूमड़ नजर आया तो मैं जूम कर दिखाया बरीक नजर लेकिन नजरे है लूमड़ ਹਣ ਜਦੋਂ ਕੋਲ ਪਿੱਛਾ ਕਰ ਰਹੇ ਨੇ ਉਹਨੂੰ ਪਕੜਨੇ ਅਗਰ ਪਕੜੀਦਾ ਮੇਰੇ ਕੁੱਤੇ ਕੋਲ ਲੇਕਿਨ ਮੇਰਾ ਕੁੱਤਾ ਇਹ ਤਾਂ ਬਈ ਨਸਲ ਦਾ ਲੇਕਿਨ ਟਰਾਈ ਕਰ ਰਹੇ ਨੇ ਕਿਹ ਪਤਾ ਪਕੜੀ ਚ ਵੰਜੇ ਤੇ ਤਾਂ ਕੋਈ ਲੂੰਬੜ ਦਾ ਸ਼ਿਕਾਰ ਦੇਤੇ ਤੇ ਮੈਂ ਜੀ ਸਾਰੀ ਵੀਡੀਓ ਸ਼ੁਰੂ ਕਰਨ ਕੋਲ ਪਹਿਲੇ ਸਾਰੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸੋ ਬੈਲ ਆਈਕਨ ਦੇ ਕਲਿੱਕ ਕਰ ਤਾਂ ਕਿ ਆਉਣ ਵੀਡੀਓ ਤੁਹਾਡੇ ਤੱਕ ਪਹੁੰਚ ਸਕੀ ਤੇ ਹੁਣ ਕਰਨੇ ਵੀਡੀਓ ਸਟਾਰਟ ਲੂੰਬੜ ਵੀਰ ਜਿੱਥਾ ਪਹੁੰਚਣਾ ਸੀ ਪਹੁੰਚ ਗਿਆ ਸੀ ਵੈਸੇ ਨਾ ਵੀਵਰ ਲੂੰਬੜ ਬਿਲਕੁਲ ਬਰੀਕ ਜਾਂ چھوٹਾ ਜਿਹਾ ਹੁੰਦਾ ਤੇ ਉਹ ਵੱਧਾ ਇੱਥੇ ਆਵੇ ਆ ਜਸਟ ਮੈਂ ਆਪਣੇ ਦੇਰ ਟੁੜਿਆ ਨਾ ਮ ਉਲਦੇ ਉਹਦੇ ਫਿਰਨੈਜ ਮੇਰਾ ਇਰਾਦਾ ਕਹਿਣਾ ਵੀਲੌਗ ਬਣਾਉਣ ਦੇ ਬਦਲੇ ਵੈਸੇ ਮਰੀ ਟੁਰ ਫਿਰਾਂ ਨੇ ਸਫਰ ਇੰਜੋਏ ਕਰਨ ਨੇ ਲੇਕਿਨ ਉਹ ਖੁਦਾ ਨੂੰ ਲੂੰਬਾ ਟੱਕਰ ਕੇ ਇ ਜੇ ਤੁਮ ਬੈਕ ਕੈਮਰਾ ਦਿਖਾਣਾ ਇ ਟੂਲੇ ਦੇ ਜਹਤਲੇ ਲੂੰਬਾ ਨਿਕਲੇ ਤੋਗ ਮੈਂ ਦਿਖਾਇਆ ਮੈਂ ਉਹਦੇ ਵਿੱਚ ਵੀਡੀਓ ਦੇ ਵਿੱਚ ਜ਼ੂਮ ਕਰਕੇ ਦਿਖਾਇਆ ਮੈਂ ਤੇ ਵੱਲ ਮੈਂ ਕੋ ਰੇ ਕਿਤੇ ਇਸ ਟਾਈਮ ਮੈਂ ਕੋ ਰੀ ਠਰ ਪੀ 70 ਥੀ ਗੇ ਲੋਗ ਤੇ ਟਰਾਈ ਕਰ ਰਹੇ ਨੇ 10 ਕਿਲੋ ਮਤਾ ਨਜ਼ਰ ਆਵਣੇ ਪਿਛਾ ਆਪਣੇ ਕੁੱਤਾ ਪਿਛਲੇ ਆਸ ਲੇਕਿਨ ਕੁੱਤਾ ਮੇਰੇ ਤਾਬ ਨਹੀਂ ਆਉਣਾ ਪਕੜਨ ਦੇ ਉੱਤੇ ਇਹ ਬਈ ਨਸਲ ਦਾ ਦੇਖੋ ਜੀ ਏ ਲੂੰਬੜ ਦੇ ਪੇਰੇ ਨਿੱਕੇ ਮਹੀਨ ਇਥੇ ਬੰਨੇ ਖੜਾ ਰਹਾ ਵੈਸੇ ਨਾਲ ਯਾਰ ਮੇਰੇ ਕੁੱਤੇ ਕੋਈ ਬਹੁ ਪਈ ਵਧੀ ਹੈ ਨੂੰਬੜ ਦੀ ਨਾ ਨੂੰਬੜ ਕਿਲੇ ਗਿਆ ਹੈ ਲੇਕਿਨ ਅਸਾ ਫਿਲਹਾਲ ਲੂੰਬੜ ਦਾ ਪੇਰਾ ਚਾਹੀਏ ਬੰਨੇ ਹੈ ਕਿ ਜਿਹੜੇ ਜਿਹਦੇ ਪੇਰਾ ਬਸ ਲੂੰਬੜ ਉਰੇ ਹੀ ਗਿਆ ਹੋਸੀ ਟਰਾਈ ਕਰੰਨੇ ਹੈ ਸੀ ਯਾਰਸ ਕੁੱਤਾ ਬਰ ਸਿੰਘ ਦਾ ਖੜੇ ਹੁੰਦੇ ਪੇਰ ਵੈਸੇ ਨਾ ਇਥਾਂ ਕੇ ਕੰਮ ਖਰਾਬ ਥੀ ਗਏ ਇਹ ਦੇਖੋ ਇਥਾ ਤੇ ਸਾਰਾ ਇਹਦਾ ਬੜਾ ਬੜਾ ਘਾਇ ਇਹ ਤੇ ਕੰਮ ਖਰਾਬ ਹੈ ਬੰਦਾ ਨਾ ਜਿਹੜਾ ਤੇ ਲੂੰਬੜ ਕਿਸੂ ਨਹੀਂ ਦੇ ਸਕੂ ਲੂੰਬੜ ਦਾ ਸ਼ਿਕਾਰ ਕਰਨਾ ਵੈਸੇ ਹੁੰਦਾ ਬਹੁਤ ਮੁਸ਼ਕਿਲ ਹੈ ਤੇ ਮੈਨੂੰ ਕੋਈ ਨਹੀਂ ਲੱਗਦਾ ਕਿ ਉਹ ਲੱਭ ਨਜ਼ਰ ਆਵੇਂ ਸਕੂ ਹਾ ਇਹ ਹੈ ਕਿ ਰੇਟੀਬੀ ਦੇ ਚੜੇ ਤੇ ਵਾਲ ਮੈਂ ਕਵਰ ਕਰ ਗੀ ਨਾ ਡੜੀ ਗਾਲੇ ਲੇਕਿਨ ਇਹ ਬਹੁਤ ਮੁਸ਼ਕਿਲ ਲੇਕਿਨ ਟਰਾਈ ਕਰਨੇ ਹੈ ਸਹੀ ਉਸਤਾਜੀ ਗੋਲ ਤੇਰੇ ਜ਼ਿੰਮੇ ਲੂੰਬੜ ਕਰਨਾ ਠੀਕ ਹੈ ਵੀਡੀਓ ਦੇ ਵਿੱਚ ਲੂੰਬੜ ਘਣ ਕਿੱਤਾ ਆਵਣਾ ਤੱਕ ਮੈਂ ਦੱਸ ਦੇਮਾ

कोई कन्फर्म <laughs> क्या नहीं है यार ट्राई करेंगे वैसे मेरा कुत्ता तो आ गया हाल तो ये लबे लुम्बड़ कहना कान घिटेगी दिख रहा है लेकिन लुम्बड़े क्या चीज़ लिखा है और करेगा और करेगा और और करेगा ओ बते भी उस पिल गए कुत्ता मेरा आ पिल गए पिल गए पिल गए आए उस्ताद जी में गोली तरह गए वल्ले हुए हैं यार तो जुल्म है तेरा क्या बना आई यूं बड़ा एक भी बना आई मैं तो आप होश में हैं दसा उस्ताद जी में गए हुए आए हुए हैं ये तो जुल्म है यार फैमिली वर्स लूम बड़ाई कुत्ता आई जी बना आई चीज़ें नहीं आलम मैं तो बहुत काफ़ी दूर खड़ा था लेकिन कुत्ता मेरा जिपीठ गया है ना महसूस थी कि चीर फाड़ चले के लेकिन सकेंड वापस ऊँ आए जी में गए चीज़ <laughs> का कुत्ता आई जंगली कुत्ता आई झांगली लूंबड़ाई गिदड़े कहीं बला आई लेकिन कुत्ता जी मेरा गए जिड़ी थे पीट रिटा वह लिया भी ऊँह से पीटे है पता नहीं क्या चीज है हाल उस्ताद क्या था ਇਤੂ ਕੁਤੇ ਗੋਲਾਰਗੇ ਤੂੰ ਲੂੰਬੜ ਕੇ ਮਰੇ ਸੈਂ ਹੈ ਹਾਂ ਉਸਤਾਦ ਆ ਤੈ ਲੈ ਹੁਕਮ ਵੈਸੇ ਵਰ 5 ਵਜਦੀ ਪਈ ਹੈ ਤੇ ਮੈਂ ਤੁਹ ਕੋ ਬੈਕ ਕੈਮਰਾ ਨਾਲ ਇਲਾਕੇ ਦਾ ਨਜ਼ਾਰਾ ਚੈੱਕ ਕਰ ਰਿਹਾ ਨਜ਼ਾਰਾ ਕੀ ਬਾਤ ਹੈ ਕਿਤਨਾ ਖੂਬਸੂਰਤ 뷰 ਆਦਾ ਪੈਣਾ ਮੇਰਾ ਦਿਲ ਖੁਸ਼ ਤੇ ਕਰ ਹਾਲਕੇ ਮੈਂ ਕੋ ਲੱਗੀ ਸਰਦੀ ਖੜੀ ਹੈ ਟਾਈਮ ਹੈ ਥੋੜਾ ਥੋੜਾ ਜ਼ੁਕਾਮ ਲੱਗ ਰਿਹਾ ਸਰਦੀ ਲਈ ਖੜੀ ਹੈ ਦਿਲ ਨਹੀਂ ਪਿਆ ਵਾਪਸੀ ਵਜਣ ਤੇ ਲੇਕਿਨ ਜੁਲਦੇ ਮੈਂ ਤੁਹ ਕੋ ਪਹਿਲੇ ਬੈਕ ਕੈਮਰਾ ਨਾਲ ਇਲਾਕੇ ਦਾ 뷰 ਦਿਖਾਦਾ ਕਿ ਕਿਤਨਾ ਖੂਬਸੂਰਤ 뷰 ਆਦਾ ਪੈ ਵਿਅਰਜ਼ ਚੈੱਕ ਕਰੋ ਉਹ ਸੂਰਜ ਖੜਾ ਹੋਇਆ ਕਮਾਲ 뷰 ਆਦਾ ਪੈ ਹੈ ठंडी ठंडी हवा बड़ी मिठी मिठी जबरदस्त दूर दूर तक सारी हरियाली है अच्छा वाजु वाह क्या बात है बुला हुआ सूरज आ गया चारा जो फेर फेर के सूरज खड़ा दिया, जिंदाबाद जबरदस्त जिस टाइम मैं वीडियो एडिट कर हाल मोबाइल देखे थोड़ी जी बेहतर लगती भाई ਇਹ ਤੁਹਾਕੋ ਵੀਡੀਓ ਕਮਾਲ ਲੱਗਦੀ ਵੀ ਕਿਉਂਕਿ ਮੈਂ ਐਡਿਟ ਕਰਕੇ ਪੋਸਟ ਕੀਤੀ ਹੈ ਨਾ ਕਮਾਲ ਵੀਡੀਓ ਆndi ਪਈ ਹੈ ਇਹ ਸਬਜ਼ਾ ਚੈੱਕ ਕਰੋ ਸਾਰੀ ਕਣਾ ਕੇ ਪਈ ਇਹ ਦੇਖੋ ਅਮ ਜੀ ਜ਼ੂਮ ਕਰਾਂ ਜ਼ਬਰਦਸ ਇਹ ਥੋੜੀ ਥੋੜੀ ਧੁੰਦ ਪਉਂਦੀ ਪਈ ਹੁਣ ਕਿਉਂਕਿ 5 ਦਾ ਮਤਲਬ 5 ਵਜਦੀ ਵੀ ਹੈ 4 ਵਜ ਕੇ 40 ਮਿੰਟਾਂ 5 ਵਜਦੀ ਪਈ ਤੇ ਥੋੜੀ ਥੋੜੀ ਧੁੰਦੀ ਪਉਂਦੀ ਪਈ ਹੈ ਸਬਜ਼ਾ ਚੈੱਕ ਕਰੋ ਕਮਾਲ ਵੀਵਜ਼ ਬਹੁਤ ਹੀ ਹਾਲਾ ਕਿਸਮ ਜ਼ਬਰਦਸਤ ਬਾਕੀ ਵਰ ਠੰਡੀ ਕੱਕਰ ਹਵਾ ਗੁੱਲੀ ਖੜੀ ਹੈ ਤੇ ਮੈਨੂੰ ਬੜੀ ਸਰਦੀ ਲੱਗਦੀ ਪਈ ਹੈ ਸ਼ਿਕਾਰ ਖਿੜੀ ਚ ਗਿਆ ਅਸਾਂ ਕਿ ਨਹੀਂ ਸ਼ਿਕਾਰ ਦੇ ਚੱਕਰੇ ਆਪਣਾ ਸ਼ਿਕਾਰ ਨਾ ਥਿਆ ਫੇ ਸਾਰਾ ਜਲਦੇ ਵਾਪਸ ਘਰ ਦੋ ਤੇ ਜਿਹੜੀ ਕੋ ਬਾਸ਼ਾ ਅਸੀਂ ਕਹਿੰਦੇ ਮੈਨੂੰ ਬੜੀ ਸਰਦੀ ਲੱਗਦੀ ਹੈ ਓਏ ਹੋਏ ਬੜੀ ਜ਼ਬਰਦਸਤ ਹਵਾ ਗੁੱਲੀ ਠੰਡੀ ਕੱਕਰ ਕਮਾਲ ਵੈਸੇ ਵਰ ਤੋਂ ਗੱਲ ਲਸਾਂ ਲੂੰਬੜ ਮੈਨੂੰ ਕੋਈ ਨਹੀਂ ਲੱਗਦਾ ਕਿਉਂਕਿ ਅਜਸਟਾ ਮੈਨੂੰ ਬੜ ਡਿਠਾ ਹੈ ਨਾ ਉਹ ਤਾਂ ਮੈਂ ਕੁੱਤਾ ਨਹੀਂ ਪਛਾਲਿਆ ਮੈਂ ਕਿ ਯਾਰ ਕੁੱਤਾ ਪਛਾਣੂ ਤਾਂ ਲੂੰ ਕੁੱਤਾ ਇਹਦੇ ਪਿੱਛਾ ਕਰੇ ਸੀ ਤੇ ਕਿਥਾਈ ਵਾਂਝ ਪੋਸੀ ਖਾਤਾ ਤੇ ਲੂੰਬੜ ਵਿਚਾਰਾ ਦਾਰ ਕੋਲ ਆਪਣੀ ਜਗਾ ਛੋੜ ਵੈਸੀ ਮਤਲਬ ਕੋਈ ਬਾਤ ਦੇ ਘਾਟੇ ਹੁੰਦੇ ਡਿਸਰ ਤੇ ਚੰਗੀ ਗਾਲ ਨਹੀਂ ਕਿਉਂਕਿ ਉਹ ਵੀ ਜੰਦਾਰ ਚੀਜ਼ ਹੈ ਮੈਂ ਐਕਸਪੈਸੇ ਸ਼ੁਗਲਾ ਡਿਖਦਾ ਹੈ ਲੇਕਿਨ ਲੂੰਬੜ ਉਹ ਸੱਚਾ ਮੈਂ ਕੁੱਤਾ ਨਹੀਂ ਪਛਾਲਿਆ ਮੈਂ ਕਿ ਠੀਕ ਹੈ ਜਿੱਥਾ ਵੈਨ ਵਧ ਰਹਾ ਹੈ तू दूर तो नहीं बता रहा पिछले वीडियो बना सकते बस ये चीज़ ही है <laughs> लेकिन इन चीज़ों का शिकार करना गलत गल है वैसे जबरदस्त मजाक कर घड़ा खाता है लेकिन क्या करो घा चाहता भाई बहुत लगी वाइए <laughs> वैसे ना <laughs> उसो सारी सड़क के जमाने लगे ਤੇ ਇਹਦੀ ਚਰਣੀ ਵੀ ਕੁਟੀਂਦੀ ਹੈ ਤੱਕਦਾ ਵੀ ਹੁੰਦਾ ਹੈ ਘਰ ਤੇ ਉਵੇਂ ਇੱਕ ਚੱਖਾ ਵੀ ਦਾ ਵੀ ਹੁੰਦਾ ਬੜਾ ਮਜ਼ੇਦਾਰ ਹੁੰਦਾ ਬੜਾ ਮਰਚੰਦੀਕਾਰ ਨਾ ਟੇਸਟੀ ਕੀ ਬਾਤ ਹੈ ਕਮਾਲ ਹੈ ਯਾਰ ਤੱਕਦਾ ਜਲੂ ਆ ਜਲੂ ਤੈਨਾਂ ਸ਼ਿਕਾਰ ਕਰ ਕੀ ਥਾ ਮੈਂ ਸ਼ਿਕਾਰ ਕਰਵਾ ਆ ਕੀ ਥਾ ਬਸ ਠੀਕ ਹੈ ਹੈਲੋ ਜੀ ਉਸ ਮੈਂ ਆਪਣੇ ਧਰੇ ਤੇ ਪਹੁੰਚ ਆ ਤੇ ਸਰਦੀ ਬਹੁਤ ਜ਼ਿਆਦਾ ਨਹੀਂ ਵੀ ਪੰਜ ਦਾ ਟਾਈਮ ਹੈ ਉਮੀਦ ਕਰਦਾ ਹਾਂ ਤੁਹਾਨੂੰ ਸਾਰੀ ਵੀਡੀਓ ਬਹੁਤ ਚੰਗੀ ਲੱਗੀ ਸਾਰੀ ਵੀਡੀਓ ਚੰਗੀ ਲੱਗੀ ਸਾਰੇ YouTube ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦੇ ਕਲਿੱਕ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤਾਂ ਹੀ ਵੀਡੀਓ ਤੇ ਐਂਡ ਕਰਾਂਦੇ ਹਾਂ ਅਗਲੀ ਸਮੇਂ ਨੂੰ ਨਵੀਂ ਵੀਡੀਓ ਤਦ ਤੱਕ ਲਈ ਹੈ ਅਲਾਫਜ਼ ਬਾਤ ਠੀਕ ਹੈ ਹੋਈ ਤੱਕ ਆਉਂਦੇ ਹਾਂ